ਹਾਂਜੀ ਦੋਸਤੋ ਗੁਰੂ ਸਟੱਡੀ ਪੁਆਇੰਟ ਤੇ ਤੁਹਾਡਾ ਸਵਾਗਤ ਹੈ ਦੋਸਤੋ ਲੈ ਕੇ ਆਏ ਹਾਂ ਸਾਈਕੋਲੋਜੀ ਦੇ ਨਾਲ ਸੰਬੰਧਿਤ ਚਾਈਲਡ ਡਿਵੈਲਪਮੈਂਟ ਦਾ ਵੈਰੀ ਵੈਰੀ ਇੰਪੋਰਟੈਂਟ MCQ ਨੇਗੇ ਸੋ ਦੋਸਤੋ ਪੰਜਾਬ ਦੇ ਵਿੱਚ ਨਿਕਲੇ ਹੋਈਆਂ ਪੋਸਟਾਂ ਜਿਵੇਂ ਐਂਟੀਟੀ ਦੀਆਂ 83 93 ਅੰਗਣਵਾਲੀ ਸੁਪਰਵਾਈਜ਼ਰ ਪੀਐਸਟੈਟ ਸੀਟੈਟ ਟੱਚ ਟੱਚ ਇਨ੍ਹਾਂ ਪੋਸਟਾਂ ਦੇ ਇਨ੍ਹਾਂ ਦੇ ਪੇਪਰਾਂ ਦੇ ਸੰਬੰਧ ਦੇ ਵਿੱਚ ਮਤਲਬ ਇਹ ਸਿਲੇਬਸ ਨੂੰ ਕਵਰ ਕੀਤਾ ਜਾਂਦਾ ਸੋ ਸੀਡੀਪੀ ਦੇ ਨਾਲ ਸੰਬੰਧਿਤ ਲੈ ਕੇ ਆਏ ਹਾਂ ਅੱਜ ਦਾ ਵੈਰੀ ਵੈਰੀ ਇੰਪੋਰਟੈਂਟ ਲੈਕਚਰ ਹੈਗਾ ਸ਼ੁਰੂ ਕਰਦੇ ਹਾਂ ਪਹਿਲਾ ਪ੍ਰਸ਼ਨ ਅ ਬਣੇ ਰਹੋ ਆਪਣੇ ਵੀਡੀਓ ਦੇ ਨਾਲ ਅਖੀਰ ਤੱਕ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਸੋ ਜਿਹੜੇ ਦੋਸਤਾਂ ਮਿੱਤਰਾਂ ਨੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਦੋਸਤਾਂ ਮਿੱਤਰਾਂ ਤੱਕ ਵੀ ਆਪਣੇ ਚੈਨਲ ਨੂੰ ਪਹੁੰਚਾਓ ਤੇ ਆਪ ਵੀ ਸਬਸਕ੍ਰਾਈਬ ਕਰੋ ਸੋ ਸ਼ੁਰੂ ਕਰਦੇ ਹਾਂ ਜੀ ਪਹਿਲਾ ਪ੍ਰਸ਼ਨ ਸੀਡੀਪੀ ਦੇ ਨਾਲ ਸੰਬੰਧਿਤ ਚਾਈਲਡ ਡਿਵੈਲਪਮੈਂਟ ਦੇ ਨਾਲ ਸੰਬੰਧਿਤ ਗਰੋਥ ਐਂਡ ਡਿਵੈਲਪਮੈਂਟ ਦੇ ਲੈਕਚਰ ਆਪਾਂ ਪਹਿਲਾਂ ਵੀ ਕਈ ਕਰਵਾ ਚੁੱਕੇ ਹਾਂ ਸੋ ਇਸ ਤਰ੍ਹਾਂ ਦੇ ਲੈਕਚਰ ਤੁਸੀਂ ਦੇਖਣ ਲਈ ਆਪਣੇ ਚੈਨਲ ਦੀ ਪਲੇਲਿਸਟ ਦੇ ਵਿੱਚ ਜਾਓ ਉੱਥੋਂ ਤੁਸੀਂ ਆਪਣੀ ਸੰਬੰਧਿਤ ਜਿਹੜਾ ਹੈਗਾ ਆਪਸ਼ਨ ਚੁਣ ਲੈਣਾ ਜੀਕੇ ਦਾ ਪੰਜਾਬੀ ਦਾ ਸਾਇੰਸ ਦਾ ਕੰਪਿਊਟਰ ਦਾ ਜਾਂ ਸੀਡੀਪੀ ਦਾ ਜਿਹੜਾ ਵੀ ਤੁਹਾਨੂੰ ਠੀਕ ਲੱਗਦਾ ਹੈ ਜਿਹੜਾ ਵੀ ਤੁਸੀਂ ਪੜ੍ਹਨਾ ਹੈ ਉਹ ਆਪਸ਼ਨ ਚੁਣਿਓ ਤੇ ਉਹਨੂੰ ਟੱਚ ਕਰਿਓ ਤੇ ਤੁਹਾਡੇ ਲਈ ਸਾਰੀਆਂ ਵੀਡੀਓਜ਼ ਖੁੱਲ ਜਾਣਗੀਆਂ ਸੋ ਪਹਿਲਾ ਪ੍ਰਸ਼ਨ ਦੇਖਦੇ ਹਾਂ ਜੀ ਬੱਚੇ ਦੇ ਵਿਕਾਸ ਦਾ ਅਧਿਐਨ ਕਰਨ ਵਾਲਾ ਖੇਤਰ ਹੈ ਹੇਠ ਲਿਖੇ ਆਪਸ਼ਨਾਂ ਦੇ ਵਿੱਚੋਂ ਲੱਭਣਾ ਹੈ ਬੱਚੇ ਦੇ ਵਿਕਾਸ ਦਾ ਅਧਿਐਨ ਕਰਨ ਵਾਲਾ ਖੇਤਰ ਕਿਹੜਾ ਹੈ ਬੱਚੇ ਦੇ ਵਿਕਾਸ ਉੱਤੇ ਵਾਤਾਵਰਣ ਦੇ ਪ੍ਰਭਾਵਾਂ ਦਾ ਅਧਿਐਨ ਕਰਨਾ ব্যক্তিগত ਅੰਤਰ ਦਾ ਅਧਿਐਨ ਕਰਨਾ ਬੱਚੇ ਦੇ ਵਿਕਾਸ ਦੇ ਵੱਖ-ਵੱਖ ਪੜਾਵਾਂ ਦਾ ਅਧਿਐਨ ਕਰਨਾ ਉਪਰੋਕਤ ਸਾਰੇ ਸੋ ਬੱਚੇ ਦੇ ਵਿਕਾਸ ਦਾ ਅਧਿਐਨ ਕਰਨ ਵਾਲਾ ਖੇਤਰ ਹੇਠ ਲਿਖੀਆਂ ਆਪਸ਼ਨਾਂ ਨੇ ਜਿਹੜੀਆਂ ਜੀ ਇਹ ਸਾਰੀਆਂ ਠੀਕ ਨੇ ਆਪਸ਼ਨ ਨੰਬਰ 4 ਸਹੀ ਹੈ ਜੀ ਉਪਰੋਕਤ ਸਾਰੇ ਬੱਚੇ ਦੇ ਵਿਕਾਸ ਉੱਤੇ ਵਾਤਾਵਰਣ ਦਾ ਕੀ ਅਸਰ ਹੁੰਦਾ ਹੈ ਉਹਦਾ ਵੀ ਮਤਲਬ ਅਧਿਐਨ ਕਰਨਾਗਾ ਇੱਕ ਵਿਅਕਤੀ ਤੇ ਇੱਕ ਤੇ ਦੂਜੇ ਦੇ ਵਿਚਕਾਰ ਕੀ ਅੰਤਰ ਪਾਏ ਜਾਂਦੇ ਨੇ ਦੋ ਦੇ ਵਿਚਕਾਰ ਸਾਰਿਆਂ ਦੇ ਵਿੱਚ ਅਲੱਗ-ਅਲੱਗ ਕੀ ਅੰਤਰ ਨੇ ਉਹਨਾਂ ਦਾ ਧਿਆਨ ਵੀ ਕਰਨਾ ਬੱਚੇ ਦੇ ਵਿਕਾਸ ਦੇ ਜਿਹੜੇ ਵੱਖ-ਵੱਖ ਪੜਾਅ ਨੇ ਮਤਲਬ ਉਹਨਾਂ ਦਾ ਵੀ ਅਧਿਐਨ ਕਰਨਾ ਉਪਰੋਕਤ ਸਾਰੇ ਆਪਸ਼ਨ ਆ 4 ਨੰਬਰ ਸਹੀ ਹੈ ਜੀ ਅਗਲਾ ਪ੍ਰਸ਼ਨ ਦੋਸਤੋ ਏਟ ਲਿਖਿਆਂ ਵਿੱਚੋਂ ਕਿਹੜਾ ਅੰਦਰੂਨੀ ਤੌਰ ਤੇ ਪ੍ਰੇਰਿਤ ਬੱਚਿਆਂ ਦੀ ਵਿਸ਼ੇਸ਼ਤਾ ਨਹੀਂ ਹੈ ਸੋ ਜਿਹੜੇ ਬੱਚਿਆਂ ਨੂੰ ਅਸੀਂ ਪ੍ਰੇਰਿਤ ਕਰਦੇ ਹਾਂ ਕਿਸੇ ਕੰਮ ਨੂੰ ਕਰਨ ਲਈ ਸੋ ਏਟ ਲਿਖਿਆਂ ਆਪਸ਼ਨਾਂ ਦੇ ਵਿੱਚੋਂ ਉਹ ਕਿਹੜੀ ਵਿਸ਼ੇਸ਼ਤਾ ਨਹੀਂ ਹੈਗੀ ਉਹ ਚੁਣੌਤੀ ਭਰਪੂਰ ਕੰਮ ਕਰਨਾ ਪਸੰਦ ਕਰਦੇ ਹਨ ਉਹ ਹਮੇਸ਼ਾ ਸਫਲ ਹੁੰਦੇ ਹਨ ਕੰਮ ਕਰਦੇ ਆ ਖੁਸ਼ੀ ਮਹਿਸੂਸ ਕਰਦੇ ਹਨ ਉਹ ਮੁਸ਼ਕਲ ਕੰਮਾਂ ਵਿੱਚ ਉੱਚ ਪੱਧਰੀ ਊਰਜਾ ਪ੍ਰਦਰਸ਼ਿਤ ਕਰਦੇ ਹਨ ਸੋ ਮਤਲਬ ਹੀਟ ਲਿਖਿਆਂ ਦੇ ਵਿੱਚੋਂ ਆਪਾਂ ਇਹ ਦੱਸਣਾ ਸੀ ਵੀ ਜਿਨ੍ਹਾਂ ਨੂੰ ਆਪਾਂ ਅੰਦਰੂਨੀ ਤੌਰ ਤੇ ਪ੍ਰੇਰਿਤ ਕਰ ਦਿੰਦੇ ਆ ਬੱਚਿਆਂ ਨੂੰ ਉਹਨਾਂ ਦੀ ਹੀਟ ਲਿਖਿਆਂ ਦੇ ਵਿੱਚੋਂ ਇੱਕ ਆਪਸ਼ਨ ਨਹੀਂ ਹੈਗੀ ਮਤਲਬ ਉਹਨਾਂ ਨਾਲ ਰਿਲੇਟ ਨਹੀਂ ਕਰਦੀ ਉਹ ਕਿਹੜੀ ਹੈ ਆਪਸ਼ਨ ਨੰਬਰ 2 ਦੇ ਨਾਲ ਜਾਵਾਂਗੇ ਵੀ ਉਹ ਹਮੇਸ਼ਾ ਸਫਲ ਹੁੰਦੇ ਨੇ ਇਹ ਗੱਲ ਸਹੀ ਨਹੀਂ ਹੈਗੀ ਕਈ ਵਾਰ ਇਹ ਜ਼ਰੂਰੀ ਨਹੀਂ ਹੈਗਾ ਵੀ ਜਿਹੜੇ ਬੱਚਿਆਂ ਨੂੰ ਅਸੀਂ ਕਿਸੇ ਕੰਮ ਲਈ ਪ੍ਰੇਰਿਤ ਕੀਤਾ ਤੇ ਉਹ ਉਸ ਵਿੱਚੋਂ ਸਫਲ ਹੀ ਹੋਣ। ਸੋ ਪ੍ਰੇਰਿਤ ਕਰਨਾ ਜਿਹੜੇ ਬੱਚੇ ਪ੍ਰੇਰਿਤ ਹੋ ਜਾਂਦੇ ਆ ਉਹਨੂੰ ਉਹਨੂੰ ਕੰਮ ਨੂੰ ਲੱਗਣ ਨਾਲ ਜ਼ਰੂਰ ਕਰਦੇ ਆ ਪਰ ਇਹ ਜ਼ਰੂਰੀ ਨਹੀਂ ਹੁੰਦਾ ਵੀ ਉਹ ਹਮੇਸ਼ਾ ਸਫਲ ਹੋਣ ਸੋ ਇੱਥੇ ਇਹ ਠੀਕ ਨਹੀਂ ਟੁਕਦੀ। ਆਪਸ਼ਨ ਨੰਬਰ ਇਹ 2 ਸਹੀ ਹੈ। ਤਿੰਨ ਨੰਬਰ ਪ੍ਰਸ਼ਨ ਜੀ ਬੱਚਾ ਇੱਕ ਕਿਤਾਬ ਹੁੰਦੀ ਹੈ ਜਿਸ ਦਾ ਅਧਿਆਪਕ ਨੂੰ ਸ਼ੁਰੂ ਤੋਂ ਅੰਤ ਤੱਕ ਅਧਿਐਨ ਕਰਨਾ ਚਾਹੀਦਾ ਹੈ। ਉਪਰੋਕਤ ਬਿਆਨ ਕਿਸ ਦੁਆਰਾ ਦਿੱਤਾ ਗਿਆ ਪਲੇਟੋ ਦੁਆਰਾ ਅਰਸਤੂ ਦੁਆਰਾ ਰੂਸੋ ਜਾਂ ਪਿਆਜੇ ਸੋ ਬੱਚਾ ਇੱਕ ਕਿਤਾਬ ਹੁੰਦੀ ਹੈ ਜਿਸ ਦਾ ਅਧਿਆਪਕ ਨੂੰ ਸ਼ੁਰੂ ਤੋਂ ਅੰਤ ਤੱਕ ਅਧਿਆਨ ਕਰਨਾ ਚਾਹੀਦਾ ਇਹ ਗੱਲ ਰੂਸੋ ਨੇ ਕਹੀ ਸੀ ਜੀ ਆਪਾਂ ਪਹਿਲਾਂ ਵੀ ਇਹਦੇ ਨਾਲ ਮਿਲਦਾ ਜੁਲਦਾ ਪ੍ਰਸ਼ਨ ਕਰਵਾ ਚੁੱਕੇ ਹਾਂ ਵੀ ਬੱਚੇ ਦਾ ਮਾਣਾ ਜਿਹੜਾ ਉਹ ਅਧਿਆਪਕ ਦੀ ਪਾਠ ਪੁਸਤਕ ਹੈ ਇਸ ਤਰ੍ਹਾਂ ਦਾ ਪ੍ਰਸ਼ਨ ਆਇਆ ਹੋਇਆ ਉਹ ਆਪਾਂ ਕਰਵਾਇਆ ਸੀ ਉਹ ਵੀ ਗੱਲ ਰੂਸੋ ਨੇ ਕਹੀ ਸੀ ਇਹਦੇ ਨਾਲ ਮਿਲਦੀ ਉਹੀ ਗੱਲ ਹੈ ਉਹ ਅਗਲਾ ਪ੍ਰਸ਼ਨ ਜੀ 4 ਨੰਬਰ ਗਲਤ ਪੈ ਗਿਆ ਇੱਥੇ 5 ਪਾਇਆ ਹੋਇਆ ਸੋ ਅਗਲਾ ਸੋ ਪਰ ਕਰਦੇ ਆਂ ਇਹ ਕਿਸ ਦਾ ਮਤ ਹੈ ਕਿ ਬੱਚੇ ਭਾਸ਼ਾ ਦਾ ਪ੍ਰਯੋਗ ਅਤੇ ਵਿਵਹਾਰ ਨੂੰ ਨਿਯੋਜਿਤ ਤੇ ਨਿਰਦੇਸ਼ ਕਰਨ ਲਈ ਕਰਦੇ ਨੇ ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਦੋਸਤੋ ਕਿਹੜੇ ਵਿਗਿਆਨੀ ਦੀ ਗੱਲ ਸੀ ਇਹ ਮਤ ਸੀਗਾ ਵੀ ਬੱਚੇ ਨੇ ਜਿਹੜੇ ਭਾਸ਼ਾ ਦਾ ਪ੍ਰਯੋਗ ਕਰਦੇ ਨੇ ਜਿਹੜਾ ਮਤਲਬ ਬੱਚੇ ਜਦੋਂ ਕੋਈ ਭਾਸ਼ਾ ਦਾ ਪ੍ਰਯੋਗ ਕਰਦੇ ਨੇ ਉਹ ਆਪਣੇ ਵਿਵਹਾਰ ਨੂੰ ਨਿਯੋਜਿਤ ਤੇ ਨਿਰਦੇਸ਼ਿਤ ਮਤਲਬ ਆਪਣੇ ਵਿਵਹਾਰ ਜਿਹੜਾ ਉਹਨਾਂ ਦਾ ਵਿਵਹਾਰ ਹੈਗਾ ਸੁਭਾਅ ਹੈਗਾ ਜਿਹੜਾ ਉਹ ਨੂੰ ਉਹ ਨਿਯੋਜਿਤ ਕਰਦੇ ਨੇ ਪੇਸ਼ ਕਰਦੇ ਨੇ ਤੇ ਨਿਰਦੇਸ਼ਿਤ ਕਰਦੇ ਨੇ ਇਹ ਕਿਹਨੇ ਗੱਲ ਕਹੀ ਸੀ ਭਾਸ਼ਾ ਦੇ ਪ੍ਰਯੋਗ ਰਾਹੀਂ ਕਰਦੇ ਨੇ ਵੀ ਉਹ ਪਿਆਜੇ ਨੇ ਵਾਈਗੋਸਕੀ ਨੇ ਕੋਲਬਰਗ ਨੇ ਜਾਂ ਕੋਈ ਨਹੀਂ ਸੋ ਦੋਸਤੋ ਇਹ ਕੋਲਬਰਗ ਨੇ ਕਹੀ ਹੋਈ ਗੱਲ ਹੈ ਜੀ ਇਹ ਕੋਲਬਰਗ ਨੇ ਕਿਹਾ ਸੀ ਕੀ ਕਿਹਾ ਸੀ ਬੱਚੇ ਜਦੋਂ ਆਪਣੀ ਭਾਸ਼ਾ ਦਾ ਪ੍ਰਯੋਗ ਕਰਦੇ ਨੇ ਉਹ ਆਪਣੇ ਵਿਵਹਾਰ ਨੂੰ ਨਿਯੋਜਿਤ ਤੇ ਨਿਰਦੇਸ਼ਿਤ ਕਰਨ ਲਈ ਕਰਦੇ ਨੇ ਅਗਲਾ ਪ੍ਰਸ਼ਨ 5 ਨੰਬਰ ਪ੍ਰਸ਼ਨ ਦੋਸਤੋ ਪਿਆਜੇ ਅਨੁਸਾਰ ਵਸਤੂ ਸਥਾਈ ਪੁਨਾ ਕਿਸ ਉਮਰ ਵਿੱਚ ਆਉਂਦਾ ਹੈ 12 ਤੋਂ 18 ਮਹੀਨੇ ਦੀ ਉਮਰ ਵਿੱਚ 18 8 ਤੋਂ 12 ਮਹੀਨੇ ਦੀ ਉਮਰ ਵਿੱਚ 18 ਤੋਂ 24 ਮਹੀਨੇ 8 ਤੋਂ 6 16 ਮਹੀਨੇ ਸੋ ਦੋਸਤੋ ਪੰਜਾ ਇਹਦੇ ਵਿੱਚ ਸਿੱਧੀ ਜੀ ਗੱਲ ਇਹ ਹੈ ਵੀ ਪਿਆਜੇ ਨੇ ਜਿਹੜੀਆਂ ਅਵਸਥਾਵਾਂ ਦਿੱਤੀਆਂ ਸੀ ਬੱਚੇ ਦੇ ਵਿਕਾਸ ਦੀਆਂ ਚਾਰ ਦਿੱਤੀਆਂ ਸੀ ਜੇਕਰ ਪੁੱਛਿਆ ਜਾ ਵੀ ਪਿਆਜੇ ਦੀ ਕਿਹੜੀ ਅਵਸਥਾ ਦੇ ਵਿੱਚ ਵਸਤੂ ਸਥਾਈ ਪੁਨਾ ਆ ਜਾਂਦਾ ਹੈ ਪਹਿਲੀ ਦੇ ਵਿੱਚ ਆ ਜਾਂਦਾ ਸੈਂਸਰੀ ਮੋਟਰ ਸਟੇਜ ਹੁਣ ਸੈਂਸਰੀ ਮੋਟਰ ਸਟੇਜ 0 ਤੋਂ 2 ਸਾਲ ਇਹ ਸਾਰੀਆਂ ਆਪਸ਼ਨਾਂ 0 ਤੋਂ 2 ਸਾਲ ਦੇ ਮੁਤਾਬਕ ਨੇ ਪਰ ਇੱਥੇ ਉਹਨਾਂ ਨੇ ਇਹਨੂੰ ਅਲੱਗ-ਅਲੱਗ ਟੋਟੀਆਂ 'ਚ ਕਰਤਾ ਵੀ ਜਦੋਂ 0 ਤੋਂ 2 ਸਾਲ ਦਾ ਪੀੜ ਹੈ ਉਹਦੇ ਵਿੱਚ ਕਿੰਨੇ ਕੁ ਮਹੀਨਿਆਂ ਤੇ ਜਾ ਕੇ ਵਸਤੂ ਸਥਾਈ ਫਨਾ ਆ ਜਾਂਦਾ ਸੋ ਇੱਕ ਗੱਲ ਯਾਦ ਰੱਖਿਓ ਪਿਆਜੇ ਕਹਿੰਦਾ ਸੀ ਵੀ ਵਸਤੂ ਸਥਾਈ ਵੁਣਾ ਸੈਂਸਰੀ ਮੋਟਰ ਸਟੇਜ ਦੇ ਸਟਾਰਟਿੰਗ ਚ ਨਹੀਂ ਆਉਂਦਾ ਅਖੀਰ ਚ ਆਉਂਦਾ ਮਤਲਬ 18 ਤੋਂ 24 ਮਹੀਨੇ অপਸ਼ਨ ਨੰਬਰ 3 ਸਹੀ ਹੈ ਜੀ ਹੁਣ ਤੁਸੀਂ ਵਸਤੂ ਸਥਾਈ ಗುಣ ਆਪਾਂ ਕਈ ਵਾਰ ਸਮਝਾ ਦਿੱਤਾ ਆਪਣੇ ਲੈਕਚਰ ਦੇ ਵਿੱਚ ਵੀ ਜਦੋਂ ਬੱਚਾ ਕਿਸੇ ਲਕੋਈ ਹੋਈ ਚੀਜ਼ ਨੂੰ ਸਮਝਣ ਲੱਗ ਜੇ ਮੰਨ ਲਓ ਫੁੱਟਬਾਲ ਹੈ ਬੱਚੇ ਕੋਲੇ ਜੇਕਰ ਉਹ ਬੱਚਾ ਇੰਨਾ ਛੋਟਾ ਵੀ ਤੁਸੀਂ ਉਹ ਤੋਂ ਫੁੱਟਬਾਲ ਫੜ ਲਈ ਤੇ ਉਹਨੂੰ ਪਤਾ ਨਹੀਂ ਲੱਗਿਆ ਵੀ ਕਿੱਥੇ ਰੱਖਤੀ ਮੇਰੇ ਹੱਥ ਚੋ ਕੀ ਫੜ ਲਿਆ ਮਤਲਬ ਉਹਨੂੰ ਉਹਨੂੰ ਕੁਝ ਨਹੀਂ ਗੈਸ ਹੋਇਆ ਉਹਦੇ ਮੂਰੇ ਕੋਈ ਹੋਰ ਚੀਜ਼ ਆ ਉਧਰ ਧਿਆਨ ਹੋ ਜਾਊਗਾ ਜਦੋਂ ਬੱਚੇ ਨੂੰ ਪਤਾ ਲੱਗਣ ਲੱਗ ਜੇ ਮੇਰੇ ਹੱਥ ਚੋਂ ਫੁੱਟਬਾਲ ਫੜੀ ਐ ਤੇ ਉਹਨੂੰ ਇੱਧਰ ਹੋਰ ਪਿੱਛੇ ਕਿਤੇ ਬੈੱਡ ਤੇ ਰੱਖਤਾ ਜਾਂ ਕਿਸੇ ਅਲਮਾਰੀ ਦੇ ਉੱਲੇ ਰੱਖਤਾ ਤੇ ਉਹ ਉਹਦੀ ਭਾਲ ਕਰੇ ਉਹਨੂੰ ਪਤਾ ਲੱਗ ਜੇ ਮੇਰੇ ਹੱਥ ਚੋਂ ਚੀਜ਼ ਫੜੀ ਸੀ ਉਹ ਇੱਧਰ ਰੱਖਤੀ ਉਹ ਹੁੰਦਾ ਵਸਤੂ ਸਥਾਈ ਬਣਨਾ ਲੁਕੋਈਆਂ ਹੋਈਆਂ ਚੀਜ਼ਾਂ ਨੂੰ ਲੱਭਣਾ ਸ਼ੁਰੂ ਕਰ ਦੇਣਾ ਅਗਲਾ 6 ਨੰਬਰ ਪ੍ਰਸ਼ਨ ਜੀ ਪਿਆਜੇ ਅਨੁਸਾਰ ਵਿਕਾਸ ਦੀ ਆਰੰਭਿਕ ਅਵਸਥਾ 0 ਤੋਂ 2 ਸਾਲ ਦੇ ਦੌਰਾਨ ਬੱਚੇ ਸਰਵਉੱਤਮ ਰੂਪ ਵਿੱਚ ਸਿੱਖਦੇ ਨੇ ਸੋ ਜਿਹੜੀ ਸੈਂਸਰੀ ਮੋਟਰ ਸਟੇਜ ਸੀ ਜੀ ਪਿਆਜੇ ਦੀ ਉਹਦੇ ਵਿੱਚ ਪਿਆਜੇ ਕਿਵੇਂ ਕਹਿੰਦਾ ਸੀ ਵੀ ਉਹਨਾਂ ਨੂੰ ਗਿਆਨ ਕਿਵੇਂ ਹੁੰਦਾ ਬੱਚਿਆਂ ਨੂੰ ਗਿਆਨ ਗਿਆਨ ਕਿਹੜੀ ਕਿਹੜੀ ਗਤੀਵਿਧੀ ਦੇ ਰਾਹੀਂ ਹੁੰਦਾ ਹੈ ਇੰਦਰੀਆਂ ਦੇ ਪ੍ਰਯੋਗ ਦੁਆਰਾ ਨਿਸ਼ਕਿਰਿਆ ਸ਼ਬਦਾਂ ਦੀ ਸਮਝ ਦੁਆਰਾ ਅਮੂਰਤ ਤਰੀਕੇ ਦੇ ਚਿੰਤਨ ਦੁਆਰਾ ਭਾਸ਼ਾ ਦੇ ਨਮੀਨ ਅਰਜਿਤ ਪ੍ਰਯੋਗਾਂ ਦੁਆਰਾ ਸੋ ਪਿਆਜੇ ਜਿਹੜਾ ਸੀਗਾ ਵੈਰੀ ਵੈਰੀ ਇੰਪੋਰਟੈਂਟ ਪਿਆਜੇ ਹੈਗਾ ਮਤਲਬ ਹਰ ਇੱਕ ਸੀਡੀਪੀ ਦਾ ਸਾਈਕੋਲੋਜੀ ਦਾ ਜਿੱਥੇ ਵੀ ਚੈਪਟਰ ਆਉਂਦਾ ਪਿਆਜੇ ਨੂੰ ਡੰਗਾਈ ਨਾਲ ਪੜਿਓ ਇਹਦੇ ਨਾਲ ਸੰਬੰਧਿਤ ਪ੍ਰਸ਼ਨ ਆਉਣੀ ਹੋਣੇ ਨੇ ਸੋ ਜਿਹੜੀ 0 ਤੋਂ 2 ਸਾਲ ਦੀ ਸੈਂਸਰੀ ਮੋਟਰ ਸਟੇਜ ਸੀ ਜਿਹੜੀ ਉਹਦੀ ਉਹਦੇ ਵਿੱਚ ਪਿਆਜੇ ਕਹਿੰਦਾ ਸੀ ਵੀ ਬੱਚੇ ਗਿਆਨ ਇੰਦਰੀਆਂ ਦੇ ਪ੍ਰਯੋਗ ਨਾਲ ਸਿੱਖਦੇ ਨੇ ਮਤਲਬ ਆਪਦੇ ਜਿਹੜੇ ਉਹਨਾਂ ਦੇ ਸੈਂਸਸ ਹੁੰਦੇ ਨੇ ਜਿਵੇਂ ਨੱਕ ਕੰਨ ਅੱਖ ਇਸ ਤਰ੍ਹਾਂ ਉਹਨਾਂ ਨਾਲ ਸਿੱਖਦੇ ਨੇ ਬੱਚੇ ਅਗਲਾ 7 ਨੰਬਰ ਪ੍ਰਸ਼ਨ ਦੇਖਦੇ ਆਂ ਜੀ ਪ੍ਰਤਿਭਾਸ਼ਾਲੀ ਬੱਚੇ ਕਿਸ ਕਾਰਨ ਹੁੰਦੇ ਨੇ ਵੀ ਜਿਹੜੇ ਬੱਚੇ ਪ੍ਰਤਿਭਾਸ਼ਾਲੀ ਹੁੰਦੇ ਨੇ ਅਗਾ ਵਧੂ ਹੁੰਦੇ ਨੇ ਉਹ ਕੀ ਕਾਰਨ ਹੁੰਦਾ ਉਹਨਾਂ ਦਾ ਇਹ ਅੱਗੇ ਵਧਣ ਦਾ ਅਨੁਵਾੰਸ਼ਿਕਤਾ ਕਾਰਨ ਮਤਲਬ ਹੈਰਿਡਿਟੀ ਹੁੰਦੀ ਹੈ ਉਹਨਾਂ ਦੀ ਕੋਈ ਮਤਲਬ ਜੀਨਸ ਹੁੰਦੇ ਨੇ ਉਹਨਾਂ ਦੇ ਵੰਸ਼ ਚੋਂ ਮਿਲੀ ਹੁੰਦੀ ਹੈ ਗੱਲ ਇਹ ਜਾਂ ਵਾਤਾਵਰਣ ਮਨੋ ਸਮਾਜਿਕ ਕਾਰਨ ਆਪਸ਼ਨ ਨੰਬਰ 4 ਹੈ ਇੱਕ ਅਤੇ ਦੋ ਦੋਨੋਂ ਸਹੀ ਨੇ ਸੋ ਆਪਸ਼ਨ ਨੰਬਰ 4 ਦੇ ਨਾਲ ਜਾਵਾਂਗੇ ਜੀ ਅਨੁਵਾੰਸ਼ਿਕਤਾ ਤੇ ਵਾਤਾਵਰਣ ਦੋਨਾਂ ਦਾ ਪ੍ਰਭਾਵ ਹੁੰਦਾ ਹੈ ਪ੍ਰਤਿਭਾਸ਼ਾਲੀ ਬੱਚਿਆਂ ਤੇ ਸੋ ਹੈਰਿਡਿਟੀ ਦੇ ਵਿੱਚ ਉਹ ਵੀ ਗੁਣ ਮਿਲਦੇ ਨੇ ਤੇ ਵਾਤਾਵਰਨ ਦੇ ਵਿੱਚ ਉਹ ਵੀ ਮਿਲਦੇ ਜੇਕਰ ਵਾਤਾਵਰਨ ਹੀ ਅਨੁਕੂਲ ਨਹੀਂ ਹੋਊਗਾ ਤਾਂ ਬੱਚੇ ਫਿਰ ਅੱਗੇ ਗ੍ਰੋਥ ਨਹੀਂ ਕਰਦੇ ਡਿਵੈਲਪ ਨਹੀਂ ਹੁੰਦੇ ਜਿਆਦਾ ਸੋ ਇਹ ਦੋਨੇ ਮੰਨੇ ਜਾਂਦੇ ਨੇ ਇੱਕ ਤੇ ਦੋ 8 ਨੰਬਰ ਪ੍ਰਸ਼ਨ ਨਿਗਨਾ ਨਿਗਨਾਤਮਕ ਤਰਕ ਵਿੱਚ ਸ਼ਾਮਲ ਹੈ ਸੋ ਸਧਾਰਨ ਤੋਂ ਵਿਸ਼ੇਸ਼ ਵੱਲ ਤਰਕ ਵਿਸ਼ੇਸ਼ ਤੋਂ ਸਧਾਰਨ ਵੱਲ ਤਰਕ ਗਿਆਨ ਦਾ ਸਿਰਿਆ ਅਤੇ ਪੁਨਰਨਿਰਮਾਣ ਕੋਈ ਨਹੀਂ ਸੋ ਇਨ ਡਿਡਕਟਿਵ ਇਨ ਡਿਡਕਟਿਵ ਹੁੰਦਾ ਜਿਹੜਾ ਉਹਦੇ ਨਾਲ ਸੰਬੰਧਿਤ ਹੈ ਸਧਾਰਨ ਤੋਂ ਵਿਸ਼ੇਸ਼ ਵੱਲ ਤਰਕ ਦੇ ਵਿੱਚ ਆਪਾਂ ਨੇ ਆਪਸ਼ਨ ਨੰਬਰ 1 ਸਹੀ ਹੈ ਨਿਗਾਨ ਨਿਗਨਾਤਮਕ ਤਰਕ ਹੈ ਜਿਹੜਾ ਉਹ ਸਧਾਰਨ ਤੋਂ ਵਿਸ਼ੇਸ਼ ਵੱਲ ਥੋੜਾ ਜਿਹਾ ਪੜਨਾ ਔਖਾ ਇਹਨੂੰ ਧਿਆਨ ਚ ਰੱਖਿਓ ਤੁਸੀਂ ਸਧਾਰਨ ਤੋਂ ਵਿਸ਼ੇਸ਼ ਵੱਲ 9 ਨੰਬਰ ਪ੍ਰਸ਼ਨ ਦੋਸਤੋ ਛੋਟੀਆਂ ਜਮਾਤਾਂ ਵਿੱਚ ਖੇਡ ਵਿਧੀ ਸਿੱਖਿਆ ਹੀਟ ਲਿਖਿਆਂ ਵਿੱਚੋਂ ਕਿਸ ਉੱਪਰ ਆਧਾਰਿਤ ਹੈ ਜਿਹੜੀਆਂ ਛੋਟੀਆਂ ਜਮਾਤਾਂ ਨੇ ਜੀ ਪ੍ਰੀ ਪ੍ਰੈਮ ਦੀਆਂ ਜਮਾਤਾਂ ਖੇਡ ਵਿਧੀ ਦੀ ਸਿੱਖਿਆ ਇਹ ਲਿਖਿਆ ਵਿੱਚ ਉਸ ਉੱਪਰ ਆਧਾਰਿਤ ਹੈ ਜੀ ਵਿਕਾਸ ਅਤੇ ਵਾਧੇ ਦਾ ਮਨੋਵਿਗਿਆਨਕ ਸਿਧਾਂਤ ਉੱਪਰ ਸਿੱਖਣ ਦੀਆਂ ਮਨੋਵਿਗਿਆਨਕ ਸਿਧਾਂਤਾਂ ਤੇ ਸਰੀਰਕ ਸਿੱਖਿਆ ਪ੍ਰੋਗਰਾਮ ਸਿਧਾਂਤਾਂ ਤੇ ਜਾਂ ਕੋਈ ਨਹੀਂ ਸੋ ਦੋਸਤੋ ਆਪਸ਼ਨ ਨੰਬਰ 1 ਸਹੀ ਹੈ ਜੀ ਵਿਕਾਸ ਅਤੇ ਵਾਧੇ ਦੋਨੇ ਗੱਲਾਂ ਯਾਦ ਰੱਖਿਓ ਵਿਕਾਸ ਅਤੇ ਵਾਧੇ ਦਾ ਮਨੋਵਿਗਿਆਨਕ ਸਿਧਾਂਤ ਉੱਪਰ ਆਧਾਰਿਤ ਹੈ ਜੀ ਛੋਟੀਆਂ ਜਵਾਤਾਂ ਵਿੱਚ ਖੇੜ ਵਿਧੀ ਸਿੱਖਿਆ ਹੇਠ ਲਿਖਿਆਂ ਵਿੱਚੋਂ ਕਿਸ ਉਪਰ ਦਾ ਅਰਥ ਸੀ ਵਿਕਾਸ ਅਤੇ ਵਾਧੇ ਦਾ ਮਨੋਵਿਗਿਆਨਕ ਸਿਧਾਂਤ ਅਗਲਾ ਪ੍ਰਸ਼ਨ ਦੋਸਤੋ ਜੀ ਡੈਸ਼ ਨੂੰ ਅਭਿਪ੍ਰੇਰਿਤ ਸਿੱਖਿਆ ਦਾ ਸੰਕੇਤ ਮੰਨਿਆ ਜਾਂਦਾ ਹੈ ਕਿਸ ਨੂੰ ਮੰਨਿਆ ਜਾਂਦਾ ਨਹੀਂ ਅਭਿਪ੍ਰੇਰਿਤ ਸਿੱਖਿਆ ਦਾ ਸੰਕੇਤ ਵਿਦਿਆਰਥੀਆਂ ਦੁਆਰਾ ਪ੍ਰਸ਼ਨ ਪੁੱਛਣਾ ਨੂੰ ਜਮਾਤ ਵਿੱਚ ਪੂਰਨ ਖਾਮੋਸ਼ੀ ਬਿਲਕੁਲ ਚੁੱਪ ਰਹਿਣ ਵਾਲੇ ਲੋਕਾਂ ਬੱਚਿਆਂ ਨੂੰ ਜਮਾਤ ਵਿੱਚ ਜ਼ਿਆਦਾ ਹਾਜ਼ਰੀ ਦੇਣ ਵਾਲਿਆਂ ਨੂੰ ਅਧਿਆਪਕ ਦੁਆਰਾ ਦਿੱਤੇ ਉਪਚਾਰ ਆਤਮਿਕ ਕੰਮ ਨੂੰ ਸੋ ਆਪਸ਼ਨ ਨੰਬਰ 1 ਦੇ ਨਾਲ ਜਾ ਮੰਗੇ ਜੀ ਆਪਾਂ ਵਿਦਿਆਰਥੀਆਂ ਦੁਆਰਾ ਜਿਹੜੇ ਪ੍ਰਸ਼ਨ ਪੁੱਛਣਾ ਹੈ ਉਸ ਕਿਰਿਆ ਨੂੰ ਅਭਿਪ੍ਰੇਰਿਤ ਸਿੱਖਿਆ ਦਾ ਸੰਕੇਤ ਮੰਨਿਆ ਜਾਂਦਾ ਹੈ ਵਿਦਿਆਰਥੀਆਂ ਦੁਆਰਾ ਪ੍ਰਸ਼ਨ ਪੁੱਛਣਾ ਆਪਦੀ ਪੱਧਰ ਤੇ ਅਗਲਾ ਪ੍ਰਸ਼ਨ ਦੋਸਤੋ 11 ਨੰਬਰ ਵਿਦਿਆਰਥੀ ਕੇਂਦਰਿਤ ਸਿੱਖਿਆ ਵਿੱਚ ਸ਼ਾਮਲ ਹੈ ਸੋ ਜਿਹੜੀ ਮਤਲਬ ਵਿਦਿਆਰਥੀ ਦੇ ਆਧਾਰਿਤ ਸਿੱਖਿਆ ਹੁੰਦੀ ਹੈ ਵਿਦਿਆਰਥੀ ਨੂੰ ਕੇਂਦਰ ਚ ਰੱਖ ਕੇ ਸਿੱਖਿਆ ਦਿੱਤੀ ਜਾਂਦੀ ਹੈ ਉਹ ਚਿਹੇਟ ਲਿਖਿਆ ਚੋ ਕੀ ਸ਼ਾਮਲ ਹੈ ਇੱਕ ਪ੍ਰਤੀਬੰਧਿਤ ਵਾਤਾਵਰਨ ਵਿੱਚ ਸਿੱਖਿਆ ਦੇਣੀ ਅਜਹੀ ਗਤੀਵਿਧੀਆਂ ਜਿੰਨਾ ਵਿੱਚ ਖੇਡ ਸ਼ਾਮਲ ਹੈ ਬੱਚੇ ਲਈ ਗਤੀਵਿਧੀਆਂ ਨੂੰ ਤਿਆਰ ਕਰਨਾ ਬੱਚੇ ਦਾ ਇੱਕ ਕੋਨੇ ਵਿੱਚ ਬੈਠਣਾ ਸੋ ਅ ਜਿਖੋ ਕੋਨੇ ਵਿੱਚ ਬੈਠ ਕੇ ਕੋਈ ਇਹ ਇਹ ਗੱਲ ਨਹੀਂ ਬਣੀ ਆਪਾਂ ਕੱਟਣ ਵਾਲੀ ਗੱਲ ਨੂੰ ਕੱਟ ਸਕਦੇ ਆ ਬੱਚੇ ਦਾ ਇੱਕ ਕੋਨੇ ਵਿੱਚ ਬੈਠਣਾ ਉਹ ਵਿਦਿਆਰਥੀ ਕੇਂਦਰਿਤ ਸਿੱਖਿਆ ਨਹੀਂ ਹੁੰਦੀ ਤੇ ਇੱਕ ਪ੍ਰਤੀਵੰਦਿਤ ਵਾਤਾਵਰਨ ਸਿੱਖਿਆ ਇਹ ਵੀ ਨਹੀਂ ਹੁੰਦਾ ਵੀ ਕੋਈ ਸਪੈਸ਼ਲ ਵਾਤਾਵਰਨ ਉਹਦੇ ਲਈ ਤਿਆਰ ਕੀਤਾ ਜਾਵੇ ਇਹ ਵੀ ਨਹੀਂ ਹੁੰਦਾ ਬੱਚੇ ਨੂੰ ਸਿੱਖਿਆ ਸਾਰੇ ਵਾਤਾਵਰਨਾਂ ਦੇ ਵਿੱਚ ਦੇਣੀ ਚਾਹੀਦੀ ਹੈ ਅਜਹੀਆਂ ਗਤੀਵਿਧੀਆਂ ਜਿੰਨਾਂ ਵਿੱਚ ਖੇਡ ਸ਼ਾਮਲ ਹੈ ਕੱਲੀ ਖੇਡ ਸ਼ਾਮਲ ਹੋਣ ਦਾ ਮਤਲਬ ਵੀ ਨਹੀਂ ਹੁੰਦਾ ਵੀ ਆਪਾਂ ਬੱਚੇ ਨੂੰ ਹਰ ਵਕਤ ਮਤਲਬ ਖੇਡਾਂ ਚ ਹੀ ਲਾਈ ਰੱਖੀਏ ਸੋ ਆਪਸ਼ਨ ਨੰਬਰ 3 ਦੇ ਨਾਲ ਜਾਵਾਂਗੇ ਬੱਚੇ ਲਈ ਗਤੀਵਿਧੀਆਂ ਨੂੰ ਤਿਆਰ ਕਰਨਾ ਬੱਚੇ ਨੂੰ ਮੁੱਖ ਰੱਖ ਕੇ ਜਿਹੜੀ ਵੀ ਗਤੀਵਿਧੀ ਤਿਆਰ ਕਰਦੇ ਹੋ ਚਾਹੇ ਉਹ ਖੇਡ ਤਿਆਰ ਕਰਦੇ ਹੋ ਚਾਹੇ ਕੋਈ ਹੋਰ ਪ੍ਰੋਗਰਾਮ ਹੈ ਕੁਝ ਵੀ ਹੈ ਜਿਹੜਾ ਵੀ ਤੁਸੀਂ ਮਤਲਬ ਤਿਆਰ ਕਰ ਰਹੇ ਹੋ ਮਤਲਬ ਆਪਣੇ ਬੱਚਿਆਂ ਨੂੰ ਗਿਆਨ ਦੇਣ ਲਈ ਉਹ ਬੱਚੇ ਨੂੰ ਮੁੱਖ ਰੱਖ ਕੇ ਤਿਆਰ ਕਰਨਾ ਨਾ ਕਿ ਅਧਿਆਪਕ ਨੂੰ ਮੁੱਖ ਰੱਖ ਕੇ ਸੋ ਆਪਸ਼ਨ ਨੰਬਰ 3 ਸਹੀ ਹੈ ਜੀ ਵਿਕਾਸ ਡੈਸ਼ ਤੋਂ ਡੈਸ਼ ਵੱਲ ਹੁੰਦਾ ਹੈ ਵਿਸ਼ੇਸ਼ ਤੋਂ ਸਧਾਰਨ ਵੱਲ ਹੁੰਦਾ ਹੈ ਵਿਕਾਸ ਸਧਾਰਨ ਤੋਂ ਆਸਾਨ ਵੱਲ ਹੁੰਦਾ ਹੈ ਸਧਾਰਨ ਤੋਂ ਵਿਸ਼ੇਸ਼ ਵੱਲ ਜਿੱਟਲ ਤੋਂ ਕਠਿਨ ਵੱਲ ਸੋ ਵਿਕਾਸ ਹੈ ਜਿਹੜਾ ਜੀ ਉਹ ਵਿਸ਼ੇਸ਼ ਤੋਂ ਸਧਾਰਨ ਵੱਲ ਹੁੰਦਾ ਹੈ অপਸ਼ਨ ਨੰਬਰ 1 ਸਹੀ ਹੈ ਵਿਸ਼ੇਸ਼ ਤੋਂ ਸਧਾਰਨ ਵੱਲ ਜਿਵੇਂ ਮਤਲਬ ਨਾ ਆਪਾਂ ਵਿਕਾਸ ਜਦੋਂ ਸ਼ੁਰੂ ਹੁੰਦਾ ਹੈਗਾ ਪਹਿਲਾਂ ਵਿਸ਼ੇਸ਼ ਚੀਜ਼ ਬਣਦੀ ਮੰਨ ਲਓ ਆਪਣਾ ਜਿਵੇਂ ਪਹਿਲਾਂ ਸਿਰ ਦਾ ਜਿਹੜਾ ਹੈਗਾ ਟਾਂਚਾ ਬਣ ਗਿਆ ਹਨ ਫਿਰ ਸੁਧਾਰਨ ਮਤਲਬ ਚੀਜ਼ਾਂ ਜਿਹੜੀਆਂ ਉਹ ਅੱਗੇ ਵਧਦੀਆਂ ਨੇਗੀਆਂ ਵਿਕਾਸ ਵਿਸ਼ੇਸ਼ ਤੋਂ ਸੁਧਾਰਨ ਵੱਲ ਹੁੰਦਾ ਇੱਥੇ ਆਪਾਂ ਗਲਤ ਕਰ ਗਏ ਆ ਥੋੜਾ ਜਿਹਾ ਸੁਧਾਰਨ ਤੋਂ ਵਿਸ਼ੇਸ਼ ਵੱਲ ਉਹ ਵਾਅਦੇ ਦੀ ਗੱਲ ਸੀ ਜੀ ਸੌਰੀ ਤੁਸੀਂ ਇੱਥੇ ਥੋੜਾ ਜਿਹਾ ਨੋਟ ਕਰ ਲਿਓ ਜਿਹੜਾ ਵਾਅਦਾ ਹੁੰਦਾ ਹੈ ਉਹ ਵਿਸ਼ੇਸ਼ ਤੋਂ ਸੁਧਾਰਨ ਵੱਲ ਹੁੰਦਾ ਹੈ ਜਿਹੜਾ ਵਿਕਾਸ ਹੈਗਾ ਉਹ ਸੁਧਾਰਨ ਤੋਂ ਵਿਸ਼ੇਸ਼ ਵੱਲ ਹੁੰਦਾ ਆਪਸ਼ਨ ਨੰਬਰ 3 ਠੀਕ ਕਰਿਓ ਆਪਾਂ ਇਹਨੂੰ ਇਹਨੂੰ ਥੋੜਾ ਜਿਹਾ ਖੋਲ ਕੇ ਵੀ ਸਮਝਾਵਾਂਗੇ ਤੁਹਾਨੂੰ ਕਿਸੇ ਪ੍ਰਸ਼ਨ ਦੇ ਵਿੱਚ ਕਿਸੇ ਚੈਪਟਰ ਲੈਕਚਰ ਦੇ ਵਿੱਚ ਵਿਕਾਸ ਤੇ ਵਾਧੇ ਅਲੱਗ-ਅਲੱਗ ਗੱਲਾਂ ਨੇ ਇਹ ਵਿਕਾਸ ਅਲੱਗ ਚੀਜ਼ ਹੈ ਵਿਕਾਸ ਦੇ ਵਿੱਚ ਹੀ ਵਾਧਾ ਆ ਜਾਂਦਾ ਇਹਨੂੰ ਵੀ ਤੁਸੀਂ ਨੋਟ ਰੱਖਣਾ ਵਿਕਾਸ ਸਧਾਰਨ ਤੋਂ ਵਿਸ਼ੇਸ਼ ਵੱਲ ਹੁੰਦਾ ਹੈ ਮਤਲਬ ਸਧਾਰਨ ਜਿਵੇਂ ਆਪਾਂ ਮੈਂ ਤੁਹਾਨੂੰ ਪਹਿਲਾਂ ਧਾਰਨ ਦਿੱਤੀ ਸੀਗੀ ਜਿਵੇਂ ਇੱਕ ਪਹਿਲਾ ਮਤਲਬ ਬੱਚੇ ਦਾ ਸਿਰ ਡਿਵੈਲਪ ਹੋ ਗਿਆ ਖੋਪੜੀ ਤਿਆਰ ਹੋ ਗਈ ਪਰ ਉਹਦੇ ਵਿੱਚ ਜਿਹੜੀਆਂ ਬਰੀਕ ਨਾੜਾਂ ਜਿਹੜੀਆਂ ਕੋਈ ਬਰੀਕ ਫੰਕਸ਼ਨ ਪੈਦਾ ਹੋਣੇ ਨੇ ਉਹ ਵਿਸ਼ੇਸ਼ ਚੀਜ਼ਾਂ ਨੇ ਉਹ ਬਾਅਦ ਚ ਹੁੰਦੀਆਂ ਨੇ ਜਿਵੇਂ ਮੰਨ ਲਓ ਇੱਕ ਹੱਥ ਦਾ ਡਵੈਲਪ ਹੋਣਾ ਹੈਗਾ ਇੱਕ ਹੱਥ ਤਿਆਰ ਹੋ ਗਿਆ ਇੱਕ ਹੱਥ ਦਾ ਤਿਆਰ ਹੋ ਜਾਣਾ ਫਿਰ ਇਹਦੀਆਂ ਜਿਹੜੀਆਂ ਥੇਲੀ ਤਿਆਰ ਹੋਗੀ ਪਹਿਲਾਂ ਜਿਹੜੀਆਂ ਇਹਦੀਆਂ ਉਂਗਲਾਂ ਤਿਆਰ ਹੋਣੀਆਂ ਨੇਗੀਆਂ ਉਹ ਵਿਸ਼ੇਸ਼ ਚੀਜ਼ਾਂ ਨੇਗੀਆਂ ਸੋ ਇੱਥੋਂ ਤੁਸੀਂ ਰਿਲੇਟ ਕਰ ਲਿਓ ਸੋ ਵੈਰੀ ਸੌਰੀ ਇੱਥੇ ਆਪਾਂ ਥੋੜਾ ਜਿਹਾ ਗਲਤ ਕਰ ਗਏ ਸੀ ਠੀਕ ਕਰ ਗਏ ਹੁਣ ਤੁਸੀਂ ਠੀਕ ਵੱਲ ਜ਼ਿਆਦਾ ਫੋਕਸ ਕਰਨਾ ਹੈ ਵਿਕਾਸ ਸਧਾਰਨ ਤੋਂ ਵਿਸ਼ੇਸ਼ ਵੱਲ ਹੁੰਦਾ ਹੈ ਪ੍ਰਗਤੀਸ਼ੀਲ ਸਿੱਖਿਆ ਦਾ ਪਿਤਾ ਕਿਸ ਨੂੰ ਕਿਹਾ ਜਾਂਦਾ ਚਾਰਲਸ ਡਾਰਵਿਨ ਨੂੰ ਅਰਕਸ਼ਨ ਨੂੰ ਬੀਐਸ ਕਿਨ ਨੂੰ ਜੌਨ ਡੀਵੀ ਨੂੰ ਵੈਰੀ ਵੈਰੀ ਇੰਪੋਰਟੈਂਟ ਹੈ ਪਹਿਲਾਂ ਵੀ ਦੱਸਿਆ ਪ੍ਰਤੀ ਸੀਲ ਸਿੱਖਿਆ ਦਾ ਪਿਤਾ ਜਿਹੜਾ ਉਹ ਜੌਨ ਡੀਵੀ ਨੂੰ ਬੋਲਿਆ ਜਾਂਦਾ ਜੀ 14 ਨੰਬਰ ਪ੍ਰਸ਼ਨ ਦੋਸਤੋ ਨਵੀਂ ਜਾਣਕਾਰੀ ਨੂੰ ਸ਼ਾਮਲ ਕਰਨ ਦੇ ਲਈ ਵਰਤਮਾਨ ਸਕੀਮਾਂ ਵਿੱਚ ਬਦਲਾਅ ਦੀ ਪ੍ਰਕਿਰਿਆ ਨੂੰ ਕੀ ਕਿਹਾ ਜਾਂਦਾ ਹੈ ਇਹ ਇਹ ਮਤਲਬ ਜੀਨ ਪਿਆਜੇ ਦੇ ਨਾਲ ਸੰਬੰਧਿਤ ਹੈ ਜੀ ਜੀਨ ਪਿਆਜੇ ਦੀ ਥਿਉਰੀ ਤੁਹਾਨੂੰ ਵਧੀਆ ਤਰੀਕੇ ਨਾਲ ਕਰਨੀ ਪਊਗੀ ਸਮਾਜ ਯੋਜਨਾ ਆਪਸ਼ਨ ਨੰਬਰ 1 ਸਹੀ ਹੈ ਜੀ ਨਵੀਂ ਜਾਣਕਾਰੀ ਕੋਈ ਮੰਨ ਲਓ ਤੁਹਾਡੇ ਕੋਲੇ ਕੋਈ ਜਾਣਕਾਰੀ ਨਵੀਂ ਜਾਣਕਾਰੀ ਆਈ ਹੈ ਦੇ ਲਈ ਵਰਤਮਾਨ ਸਕੀਮਾਂ ਮੰਨ ਲਓ ਅੱਜ ਤੁਸੀਂ ਕੋਈ ਇੰਨੀ ਗੱਲ ਜਾਣਦੇ ਹੋ ਤੁਹਾਡੇ ਕੋਲੇ ਨਵੀਂ ਜਾਣਕਾਰੀ ਆ ਗਈ ਇਹਦੇ ਵਿੱਚ ਤੁਸੀਂ ਬਦਲਾ ਕਰ ਲਿਆ ਇਹਦੇ ਵਿੱਚ ਇਹਨੂੰ ਤੁਸੀਂ ਚੇਂਜ ਕਰ ਲਿਆ ਪਹਿਲਾਂ ਵਾਲੀ ਜਾਣਕਾਰੀ ਨੂੰ ਮਨ ਲਓ ਤੁਸੀਂ ਅੱਜ ਜਾਣਦੇ ਹੋ ਇੱਕ ਬੱਚਾ ਮੰਨ ਲਓ ਉਹ ਜਾਣਦਾ ਹੈਗਾ ਵੀ ਇਹ ਚਾਰ ਪੈਰਾਂ ਵਾਲਾ ਜਿਹੜਾ ਹੈ ਉਹ ਕੁੱਤਾ ਹੁੰਦਾ ਹੈ ਉਹਦੇ ਪੂਛ ਹੁੰਦੀ ਹੈ ਉਹਦੇ ਕੰਨ ਹੁੰਦੇ ਨੇ ਅੱਖਾਂ ਹੁੰਦੀਆਂ ਨੇ ਚਾਰ ਪੈਰ ਹੁੰਦੇ ਨੇ ਲੱਤਾਂ ਹੁੰਦੀਆਂ ਨੇ ਵੀ ਉਹ ਕੁੱਤਾ ਹੁੰਦਾ ਹੈ ਪਰ ਜਦੋਂ ਨੂੰ ਪਤਾ ਲੱਗਿਆ ਵੀ ਚਾਰ ਪੈਰਾਂ ਵਾਲੀ ਮੱਝ ਗਾਂ ਜਾਂ ਮਤਲਬ ਕੁੱਤੇ ਵਰਗਾ ਬਿੱਲੀ ਵੀ ਹੁੰਦੀ ਹੈ ਕੋਈ ਹੋਰ ਢਿੱਕ ਕੱਦ ਦੀ ਜਾਂ ਕੋਈ ਹੋਰ ਜਾਨਵਰ ਹੈ ਇਸ ਤਰ੍ਹਾਂ ਦਾ ਉਨੇਕ ਸਾਈਜ਼ ਦਾ ਤਾਂ ਉਹਦੀ ਉਹ ਨਵੀਂ ਜਾਣਕਾਰੀ ਹੋ ਗਈ ਉਸ ਲਈ ਪਹਿਲਾਂ ਕੁੱਤਾ ਹੀ ਸੀ ਜਾਣਕਾਰੀ ਫਿਰ ਉਹਦੇ ਵਿੱਚ ਤਬਦੀਲੀ ਹੋ ਗਈ ਉਹਨੂੰ ਸਮਾਜੋਜਨ ਕਿਹਾ ਜਾਂਦਾ ਆਪਸ਼ਨ ਨੰਬਰ 1 15 ਨੰਬਰ ਪ੍ਰਸ਼ਨ ਦੋਸਤੋ ਅੱਜ ਦੀ ਵੀਡੀਓ ਲੈਕਚਰ ਦਾ ਆਖਰੀ ਪ੍ਰਸ਼ਨ ਹੈ ਜੁੜੇ ਰਹੋ ਚੈਨਲ ਦੇ ਨਾਲ ਸਬਸਕ੍ਰਾਈਬ ਜਰੂਰ ਕਰ ਲਿਓ ਚੈਨਲ ਨੂੰ ਆਪਣੇ ਫਰੈਂਡਜ਼ ਤੱਕ ਵੀ ਆਪਣੇ ਚੈਨਲ ਨੂੰ ਭੇਜਿਓ ਆਪਾਂ ਇਸੇ ਤਰ੍ਹਾਂ ਤੁਹਾਡੇ ਲਈ ਤੁਹਾਡੇ ਸਿਲੇਬਸ ਦੇ ਮੁਤਾਬਕ ਵਧੀਆ ਤੋਂ ਵਧੀਆ ਵੀਡੀਓ ਲੈਕਚਰ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਸੋ ਆਪਾਂ ਨਾ ਕੋਸ਼ਿਸ਼ ਆਪਣੀ ਹੋਊਗੀ ਕੋਈ ਐਦਾਂ ਮੇਰਾ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਤੁਹਾਡੇ ਲਈ ਵੀ ਕਿਸੇ ਕਿਤਾਬਾਂ ਦੇ ਵਿੱਚੋਂ ਵੀਡੀਓ ਨਾ ਬਣਾਈ ਜਾਵੇ ਕਿਉਂਕਿ ਉਹ ਤਾਂ ਵੱਧੋ ਮਿਲ ਜਾਣਗੀਆਂ ਤੁਹਾਡੇ ਲਈ ਉਹ ਤਾਂ ਪ੍ਰਿੰਟ ਪ੍ਰੈਸ ਦੇ ਵਿੱਚ ਸਦੀਆਂ ਤੋਂ ਸਪੀਆਂ ਪਈਆਂ ਨੇ ਉਹਨਾਂ ਨੂੰ ਚੱਕ ਕੇ ਅੱਗੇ-ਅੱਗੇ ਭੇਜ ਦਿੰਦੇ ਨੇ ਸੋ ਆਪਣੀ ਕੋਸ਼ਿਸ਼ ਹੁੰਦੀ ਹੈ ਇਪੋਰਟੈਂਟ ਪ੍ਰੀਵੀਅਸ ਪੇਪਰਾਂ ਦੇ ਵਿੱਚੋਂ ਪੁਰਾਣੇ ਜਿਹੜੇ ਨੋਟਸ ਤਿਆਰ ਹੋਏ ਹੋਣੇ ਉਹਨਾਂ ਦੇ ਵਿੱਚੋਂ ਮਤਲਬ ਤੁਹਾਡੇ ਕੰਮ ਆਉਣ ਵਾਲੇ ਪ੍ਰਸ਼ਨ ਤੁਹਾਡੇ ਲਈ ਲੈ ਕੇ ਆਈਏ ਸੋ ਆਪਾਂ ਪ੍ਰਸ਼ਨ ਆਖਰੀ ਕਰਦੇ ਹਾਂ ਪਿਆਜੇ ਦੇ ਸਿਧਾਂਤ ਅਨੁਸਾਰ ਹੇਠ ਲਿਖਿਆਂ ਵਿੱਚੋਂ ਕੌਣ ਗਿਆਨਾਤਮਕ ਵਿਕਾਸ ਨੂੰ ਪ੍ਰਭਾਵਿਤ ਨਹੀਂ ਕਰੇਗਾ ਜਿਹੜਾ ਪਿਆਜੇ ਸੀ ਉਹਦਾ ਸਿਧਾਂਤ ਗਿਆਨਾਤਮਕ ਸਿਧਾਂਤ ਦੇ ਨਾਲ ਸੰਬੰਧਿਤ ਸੀ ਦੇਖੋ ਉਹ ਪਿਆਜੇ ਕਹਿੰਦਾ ਵੀ ਇਸ ਨੂੰ ਗਿਆਨਾਤਮਿਕ ਵਿਕਾਸ ਨੂੰ ਪ੍ਰਭਾਵਿਤ ਕੌਣ ਨਹੀਂ ਕਰੇਗਾ ਹੇਠ ਲਿਖਿਆਂ ਦੇ ਵਿੱਚੋਂ ਸਮਾਜਿਕ ਅਨੁਭਵ ਹੈ ਕਿਹੜਾ ਉਹ ਗਿਆਨਾਤਮਿਕ ਵਿਕਾਸ ਨੂੰ ਪ੍ਰਭਾਵਿਤ ਨਹੀਂ ਕਰੇਗਾ ਪਰਿਪੱਕਤਾ ਨਹੀਂ ਕਰੇਗੀ ਗਤੀਵਿਧੀ ਨਹੀਂ ਕਰੇਗੀ ਭਾਸ਼ਾ ਨਹੀਂ ਕਰੇਗੀ ਸੋ ਆਪਸ਼ਨ ਨੰਬਰ 1 ਸਹੀ ਹੈ ਜੀ ਮਤਲਬ ਸਮਾਜ ਦੀ ਗੱਲ ਬਹੁਤ ਘੱਟ ਕਰਦਾ ਸੀ ਪਿਆਜੇ ਬਾਈ ਗੋਸਕੀ ਨੇ ਕਰੀ ਸੀ ਸਮਾਜ ਦੀ ਗੱਲ ਤਾਂ ਜਿੱਥੇ ਬਾਈ ਗੋਸਕੀ ਆ ਗਿਆ ਉੱਥੇ ਸਮਾਜ ਦੀ ਗੱਲ ਮਿਲੂਗੀ ਜਿੱਥੇ ਗਿਆਨ ਦੀ ਗੱਲ ਖੋਜ ਦੀ ਗੱਲ ਸਕਿਰਿਆ ਖੋਜ ਦੀ ਗੱਲ ਆ ਗਈ ਕਰਕੇ ਸਿੱਖਣ ਦੀ ਗੱਲ ਆ ਗਈ ਉੱਥੇ ਪਿਆਜੇ ਦੀ ਗੱਲ ਹੋ ਗਈ ਸੋ ਆਪਸ਼ਨ ਨੰਬਰ 1 ਸਹੀ ਹੈ ਦੋਸਤੋ ਸੋ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ 'ਚ ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ